ਅਜਤੋਂ ਠੀਕ 20 ਦਿਨ ਪਹਿਲਾਂ ਜਨਾਬ ਕਾਂਗਰਸ ਦੇ ਇੰਟੈਲੈਕਚੁਅਲ ਸੈੱਲ ਦੇ ਜਿਹੜੇ ਚੇਅਰਮੈਨ ਸੀਗੇ ਤੇ ਉਸ ਤੋਂ ਬਾਅਦ ਉਹ ਪਦ ਛੱਡ ਕੇ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਸੀ ਤੇ ਸਿੱਧੇ ਉਹਨਾਂ ਨੂੰ ਜਿਹੜਾ ਸੁਖਬੀਰ ਬਾਦਲ ਲੱਲੋ ਆਪਣਾ ਪੋਲੀਟੀਕਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਸੀਗਾ ਇੱਥੋਂ ਤੱਕ ਕਿ ਜਿਹੜਾ ਅਰਬਨ ਏਰੀਆਜ਼ ਉਹਦਾ ਕੈਂਪੇਨ ਕਮੇਟੀ ਦਾ ਚੇਅਰਮੈਨ ਵੀ ਲਗਾ ਦਿੱਤਾ ਗਿਆ ਸੀਗਾ ਲੇਕਿਨ ਮਹਿਜ਼ 20 ਦਿਨਾਂ ਦੇ ਵਿੱਚ ਹੀ ਮੋ ਭੰਗ ਜਿਹੜਾ ਹੋ ਗਿਆ ਮੈਂ ਗੱਲ ਕਰ ਰਿਹਾ ਅਨੀਤ ਸਿਦਾਨਾ ਦਾ ਮੇਰੇ ਨਾਲ ਇਸ ਸਮੇਂ ਮੌਜੂਦ ਹੈ ਮੇਰੇ ਹੱਥ ਦੇ ਵਿੱਚ ਉਹਨਾਂ ਦੇ ਇੱਕ ਰੈਜ਼ੀਗ ਜਿਸ ਦੇ ਜਿਸ ਨੂੰ ਉਹਨਾਂ ਨੇ ਸਿੱਧੇ ਸੁਖਬੀਰ ਸਿੰਘ ਬਾਦਲ ਨੂੰ ਭੇਜਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਆਪਣਾ ਪੋਲਿਟੀਕਲ ਐਡਵਾਈਜ਼ਰ ਲਗਾਇਆ ਸੀ ਗੱਲ ਕਰਦੇ ਆ ਅਨੀਸ਼ ਜੀ ਸਭ ਤੋਂ ਪਹਿਲਾਂ ਸਵਾਗਤ ਦੈਨਿਕ ਸਵੇਰਾ ਤੇ ਥੈਂਕ ਯੂ ਵੈਰੀ ਮੱਚ ਦੈਨਿਕ ਸਵੇਰਾ ਅਨੀਸ਼ ਜੀ ਕੀ ਗੱਲ ਹੋਗੀ ਕਿ 20 ਦਿਨਾਂ ਦੇ ਵਿੱਚ ਤੁਹਾਡਾ ਮੋਹ ਭਗ ਹੋ ਜਾਂਦਾ ਇੰਨੀ ਵੱਡੀ ਤੁਹਾਨੂੰ ਪੋਸਟ ਦਿੱਤੀ ਤੁਸੀਂ ਹਾਲਾਂਕਿ ਕਾਂਗਰਸ ਦੇ ਵਿੱਚ ਵੀ ਇੱਕ ਚੰਗੇ ਇੱਕ ਅਹੁਦੇ ਤੇ ਸੀਗਰ ਗੱਲ ਕਰੀਏ ਕਿ ਇੰਟੈਲੈਕਚੁਅਲ ਸੈਲ ਦੇ ਤੁਸੀਂ ਚੇਅਰਮੈਨ ਸੀਗੇ ਤੇ ਕਾਫੀ ਤੁਹਾਨੂੰ ਚੰਗਾ ਇੱਕ ਉੱਥੇ ਇੱਕ ਵਜੂਦ ਸੀਗਾ ਤੁਸੀਂ ਉਹ ਛੱਡ ਕੇ ਇਹ ਕਿਆ ਸੀਗਾ ਕਿ ਮੇਰੇ ਨਾਲ 1 ਸਾਲ ਤੋਂ ਪਿਛਲੇ 1 ਸਾਲ ਤੋਂ ਗਲਬਾਤ ਹੋ ਰਹੀ ਹੈ ਇੱਕਦਮ ਕੀ ਹੋ ਗਿਆ ਕਿ ਸਭ ਤੋਂ ਵੱਡੇ ਕਿਸਾਨ ਮੋਰਚੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਨਾਲ ਖੜੀ ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਇਹ ਸਰਕਾਰ ਪੰਜਾਬ ਦੇ ਵਿੱਚ ਕਿਸਾਨ ਹਤੈਸੀ ਹੈ ਮਜ਼ਦੂਰ ਹਤੈਸੀ ਹੈ ਹਰ ਰੋਜ਼ ਦੇ ਨਾਲ ਐਸੀ ਮਿਲ ਕੇ ਚੜਨਾ ਚੜਦੇ ਹੈ ਤੇ ਜਿਹੜੇ ਕਿਸਾਨ ਮੈਂ ਪਹਿਲਾਂ ਨਾਲ ਦੱਸਿਆ ਇਹਦੇ ਵਿੱਚ ਸਿੰਘਾਜ ਦੇ ਵੀ ਸ਼ਹੀਦ ਹੋਏ ਹੈ ਇਹ ਕੋਈ ਮੈਂ ਅੱਜ ਨਹੀਂ ਕਹਿ ਰਿਹਾ ਮੈਂ ਪਹਿਲੇ ਨਹੀਂ ਤੋਂ ਕਹਿ ਰਿਹਾ ਤੇ ਅਸੀਂ ਦੇ ਵੀ ਰਹੇ ਨੁਕਰੀਆਂ ਐਸੀ ਸਾਰਿਆਂ ਨੂੰ ਹੁਣਾਂ ਨੂੰ ਇੱਕੋ ਪਰਿਵਾਰ ਨੂੰ ਨੌਕਰੀ ਦੇ ਰਹੇ ਧਮਾਗੇ ਸੀਐਮ ਚੰਦੀ ਨੇ ਘਰ ਜਾ ਕੇ ਖੁਦ ਪਰਿਵਾਰ ਨੂੰ ਸੌਂਪੇ ਨਿਯੁਕਤੀ ਪੱਤਰ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾ ਰਹੀ ਹੈ ਕਿਸਾਨਾਂ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਬਣਾਏਗੀ ਵੱਡਾ ਮੈਮੋਰੀਅਲ ਇੱਕ ਮੈਮੋਰੀਅਲ ਐਸੇ ਸਤ ਦੇ ਨਾਮ ਤੇ ਕਿਸਾਨ ਵੀ ਨੇ ਜਿਸ ਤਰ੍ਹਾਂ ਉਹਦਾ ਨਾਮ ਦੱਸਿਆ ਗਿਆ ਐਸੀ ਇੱਕ ਪੰਜਾਬ ਦੇ ਵਿੱਚ ਕੋਈ ਵੀ ਜਗ੍ਹਾ ਤੇ ਵੱਡਾ ਮੈਮੋਰੀਅਲ ਇਹ ਸੰਗਰਸ਼ ਦੇ ਕਿਉਂਕਿ ਲੋਕਾਂ ਦਾ ਸੰਗਰਸ਼ ਹੈ ਆਜ਼ਾਦੀ ਤੋਂ ਬਾਅਦ ਜੇ ਕੋਈ ਵੱਡਾ ਸੰਗਰਸ਼ ਕਰ ਲਿਆ ਤਾਂ ਇਹ ਹੈ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ 2 ਦਿਨਾਂ ਦੇ ਵਿੱਚ ਹੀ ਤੁਹਾਡਾ ਜਿਹੜਾ ਉਹ ਜਿਹੜਾ ਤੁਸੀਂ ਕਾਂਗਰਸ ਛੱਡ ਕੇ ਗਾਲੀ ਦਲ ਦੇ ਵਿੱਚ ਗਏ ਸੀ ਤਾਂ ਇੱਕਦਮ ਤੁਹਾਡਾ ਮੂੰਹ ਭੰਗ ਹੋ ਗਿਆ ਸਭ ਤੋਂ ਪਹਿਲੇ ਇੱਕ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕੋਈ ਕਰੀਬ 1 ਸਾਲ ਤੋਂ ਮੈਂ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਸਾਡਾ ਆਪਸ ਦੇ ਵਿੱਚ ਡੈਲੀਬ੍ਰੇਸ਼ਨਸ ਹੋ ਰਹੀਆਂ ਸੀ ਔਰ ਕੁਝ ਗੱਲਾਂ ਸਾਡੇ ਵਿੱਚ ਤੈ ਹੋਈਆਂ ਸੀ ਮੈਨੂੰ ਬਹੁਤ ਅਫਸੋਸ ਹੋਇਆ ਪਿੱਛੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੁਝ ਲੀਡਰ ਸਹਿਬਾਨ ਨੇ ਜੋ ਸੀਨੀਅਰ ਲੀਡਰਸ ਉਹਨਾਂ ਨੇ ਹਿੰਦੂਸ ਦੇ ਬਾਰੇ ਉਹਨਾਂ ਨੂੰ ਸਮਾਪਰਦਾਇਕ ਕਿਆ ਮੈਂ ਸਾਰੀਆਂ ਗੱਲਾਂ ਬਾਦਲ ਸਾਹਿਬ ਦੇ ਨੋਟਿਸ ਵੀ ਲੈਂਦੀ ਆ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਪੋਜੀਸ਼ਨਿੰਗ ਕੀਤੀ ਜਾ ਰਹੀ ਹੈ ਇਹ ਹਾਰਡ ਲਾਈਨਰਸ ਨੂੰ ਖੁਸ਼ ਕਰਨ ਵਾਸਤੇ ਕੀਤੀ ਜਾ ਰਹੀ ਹੈ ਔਰ ਇਸ ਤਰੀਕੇ ਦੀਆਂ ਗੱਲਾਂ ਕਰਕੇ ਹਿੰਦੂ ਭਾਈਚਾਰਾ ਜਿਸ ਦੇ ਵਿੱਚ OBC ਵੀ ਆਂਦੇ ਨੇ SCs ਵਿੱਚ ਹੀ ਆਂਦੇ ਨੇ ਔਰ ਮਿਨੋਰਟੀ ਕਮਿਊਨਿਟੀ ਮਿਨੋਰਟੀ ਸਟੇਟਸ 'ਚ ਇਥੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਟਿੱਪਣੀਆਂ ਨਹੀਂ ਕੀਤੀ ਜਾਣੀ ਚਾਹੀਦੀਆਂ ਪਰ ਮੈਨੂੰ ਅਫਸੋਸ ਕਿ ਮੇਰੇ ਅਗਾਹ ਕਰਨ ਦੇ باوجود ਵੀ ਉਹ ਲਗਾਤਾਰ ਲੱਗੇ ਰਹੇ ਔਰ ਮੈਂ ਜਰੂਰ ਦੱਸਣਾ ਚਾਹਨਾ ਕਿ ਹਿੰਦੂ ਜੋਂ ਜੋ ਸਰਬਾਤ ਦੇ ਭਲੇ ਦੀ ਗੱਲ ਕਰਦੇ ਨੇ ਜਿਥੇ ਸਾਡੇ ਵੇਦ ਕਹਿੰਦੇ ਹਨ ਮਾਨਵਤਾ ਦਾ ਭਲਾ ਸਰਵੇ ਭਵੰਤੂ ਸੁਖਿਨਾ ਉਥੇ ਸਾਡੀ ਬਾਣੀ ਵੀ ਕਹਿੰਦੀ ਗੁਰੂ ਸਾਹਿਬ ਵੀ ਕਹਿੰਦੇ। ਸੋ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਔਰ ਪਿੱਛੇ ਜਿਹੜੀ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਮੈਂ ਮੰਨਦਾ ਕਿ ਉਹ ਸਿੱਖ ਧਰਮ ਦੇ ਬਹੁਤ ਵਿਦਵਾਨ ਹੈਗੇ ਹਨ। ਮੈਂ ਤਾਂ ਇੱਕ ਬਹੁਤ ਸਧਾਰਨ ਆਦਮੀ ਆ। ਪਰ ਮੈਨੂੰ ਅਫਸੋਸ ਹੋਇਆ ਜਿਸ ਵੇਲੇ ਕੁਝ ਲੋਕ ਜਦੋਂ ਭਾਜਪਾ ਜਾ ਰਹੇ ਸੀ। ਤੋਂ ਇਸ ਕਰਕੇ ਉਹਨਾਂ ਦੀ ਕਹਿ ਰਹੇ ਸੀ ਕਿ ਨਹੀਂ 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 ਇਹ ਤਾਂ ਜੀ ਪੰਥ ਨਾਲ ਇਹਨਾਂ ਨੇ ਗੈਰਦਾਰੀ ਕੀਤੀ ਤਾਂ ਕਿਸੇ ਪਾਰਟੀ ਦੇ ਨਾਲ ਪੰਥ ਨੂੰ ਜੋੜ ਦੇਣਾ ਇਹ ਹਾਰਡਲਾਈਨਰ ਇੱਕ ਸਟੈਂਡ ਹੈ ਮੈਂ ਬਿਲਕੁਲ ਨਿਮਰਤਾ ਸਹਿਤ ਬੇਨਤੀ ਕਰਾਂਗਾ ਉਹਨਾਂ ਨੂੰ ਯਾਦ ਹੀ ਹੋਵੇਗਾ ਕਿ ਨਵੇਂ ਪਾਤਸ਼ਾਹ ਹਿੰਦੀ ਚਾਦਰ ਤਿਲਕ ਜੰਝੂ ਕੇ ਰਾਖੇ ਗੁਰਤੇਗ ਭਾਦਰ ਸਾਹਿਬ ਨੇ ਤਾਂ Hindu ਧਰਮ ਦੀ ਰੱਖਿਆ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਤੇ ਉਸੇ Hindu ਧਰਮ ਨੂੰ ਸਮਰਪਿਤ ਕਰਨ ਲੱਗੇ ਸੋ ਮੈਂ ਇਸ ਗੱਲ ਕਿ ਮੇਰਾ ਡਿਫਰੈਂਸ ਆਫ opinion ਹੋ ਸਕਦਾ ਕਿਸੇ ਨਾਲ ਲੇਕਿਨ ਇਹ ਜਿਹੜੇ ਵਿਚਾਰ ਆਏ ਇਹ ਬਿਲਕੁਲ ਹੀ ਕੰਟਰਾਸਟ ਨੂੰ ਇਸ ਕਰਕੇ ਮੈਂ ਮੋਰਲੀ ਠੀਕ ਨਹੀਂ ਸਮਝਦਾ ਕਿ ਜਦੋਂ ਮੇਰੇ ਤੇ ਅਕਾਲੀ ਦਲ ਦੇ ਵਿਚਾਰਾਂ ਦੇ ਵਿੱਚ ਵੀ ਬਹੁਤ ਵੱਡਾ ਫਰਕ ਏ ਮੈਨੂੰ ਤੇ ਨਜ਼ਰ ਆਉਂਦਾ ਹੈ ਕਿ ਸਭੇ ਸਾਂਝੇ ਵਾਲ ਸਦਾਇ ਕੋਈ ਨਾ ਦਿਸੇ ਬਾਹਰ ਜਿਉ ਤਾਂ ਫਿਰ Hindu ਸੰਪਰਦਾਇ ਕਿੱਥੋਂ ਹੋ ਗਿਆ ਸੋ ਇਸ ਕਰਕੇ ਮੈਂ ਮਨ ਬਣਾਇਆ ਕਿ ਨਹੀਂ ਮੈਨੂੰ ਇਹ ਸੌਦੇ ਤੇ ਚਾਹੇ ਉਹਨਾਂ ਨੇ ਮਾਨ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸੁਖਵੀਰ ਸਿੰਘ ਬਾਦਲ ਜੀ ਦਾ ਤੇ ਮੈਨੂੰ ਇਸ ਅਹੁਦੇ ਤੋਂ ਤਿਆਗ ਪੱਤਰ ਦੇ ਦੇਣਾ ਚਾਹੀਦਾ ਔਰ ਮੈਂ ਜੋ ਮੇਰੇ ਦਿਲ ਦੀਆਂ ਘਰਾਈਆਂ ਚ ਜੋ ਜੋ ਆਵਾਜ਼ ਉੱਠੀ ਤੋ ਮੈਂ ਉਸ ਨੂੰ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਔਰ ਟੂਡੇ ਆਮ ਗੋਇੰਗ ਟੂ ਰਿਜ਼ਾਈਨ ਅੱਛਾ ਅਨੀਤ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਵਿਚਾਰਾਂ ਦੀ ਗੱਲ ਸੀਗੀ ਹਿੰਦੂਆਂ ਦੇ ਨਾਲ ਹਮੇਸ਼ਾ ਹੀ ਜਿਹੜਾ ਅਗਰ ਕਹੀਏ ਕਿ ਵਿਤਕਰਾ ਹੁੰਦਾ ਆਇਆ ਇਹ ਪਾਵੇਂ ਕਾਂਗਰਸ ਦੇ ਵਿੱਚ ਹੋਇਆ ਪਾਵੇਂ ਅਕਾਲੀ ਦਲ ਦੇ ਵਿੱਚ ਹੋਇਆ ਪਾਵੇਂ ਹੋਰ ਕਿਸੇ ਪਾਰਟੀ ਦੇ ਵਿੱਚ ਹੋਇਆ ਕਿਉਂ ਨਹੀਂ ਪੰਜਾਬ ਦੇ ਵਿੱਚ ਹਿੰਦੂ ਨੂੰ ਇੰਨਾ ਵੱਡਾ ਮਾਨ ਦਿੱਤਾ ਗਿਆ ਜਿਹੜਾ ਹੋਰ ਧਰਮ ਨੂੰ ਦਿੱਤਾ ਗਿਆ ਤੇ ਕਿਉਂ ਨਹੀਂ ਜਿਹੜਾ ਹਿੰਦੂ ਧਰਮ ਦਾ ਕੋਈ ਹਮੇਸ਼ਾ ਗੱਲ ਹੋਈ ਕਿ ਕੋਈ ਦਲਿਤ ਮੁੱਖ ਮੰਤਰੀ ਬਣਾ ਦੇ ਕੋਈ ਸਿੱਖ ਮੁੱਖ ਮੰਤਰੀ ਬਣਾ ਦੇ ਹਿੰਦੂ ਮੁੱਖ ਮੰਤਰੀ ਬਣਾਉਂਦੀ ਕਿਉਂ ਨਹੀਂ ਅੱਜ ਤੱਕ ਗੱਲ ਹੋਈ ਕਿਉਂ ਨਹੀਂ ਅੱਜ ਤੱਕ ਇਸ ਥਕੇ ਨਾਲ ਉੱਪਰ ਗੱਲ ਪਹੁੰਚੀ ਕਿਉਂਕਿ ਹਿੰਦੂ ਨੂੰ ਹਮੇਸ਼ਾ ਕਿਉਂ ਦਰਗਨਾਰ ਕਿਤਾਗ ਕੀ ਮੰਨਦੇ ਤੁਸੀਂ ਮੈਨੂੰ ਬਹੁਤ ਅਫਸੋਸ ਹੋਇਆ ਜਿਸ ਵੇਲੇ ਕਾਂਗਰਸ ਪਾਰਟੀ ਨੇ ਸੁਰੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਠੀਕ ਹੈ ਅਗਰ ਉਹਨਾਂ 'ਚ ਯੋਗਤਾ ਨਹੀਂ ਸੀ ਚਾਹੇ ਹਿੰਦੂ ਹੋਏ ਸਿੱਖ ਹੋਏ ਐਸਸੀ ਹੋਏ ਉਹ ਨਹੀਂ ਬਣਾਨੇ ਚਾਹੀਦੇ ਲੇਕਿਨ ਇਸ ਕਰਕੇ ਖਾਸ ਕਰਕੇ ਰਮਕਾ ਸੋਨੀ ਜੀ ਨੇ ਇਹ ਗੱਲ ਕਹੀ ਕਿ ਨਹੀਂ ਨਹੀਂ ਉਥੋਂ ਦਾ ਮੁੱਖ ਮੰਤਰੀ ਹਿੰਦੂ ਨਹੀਂ ਹੋ ਸਕਦਾ ਤੇ ਵਾਟ ਇਜ਼ ਇਟ ਇਹ ਸੈਕੂਲਰਿਜ਼ਮ ਹੈ ਕਿੱਥੋਂ ਦੀ ਕਾਂਗਰਸ ਸੈਕੂਲਰ ਪਾਰਟੀ ਹੈ ਪਰ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ 'ਚ ਖਾਸ ਕਰ ਮੈਂ ਕਾਂਗਰਸੀ ਗੱਲ ਕਰ ਰਹਾ ਕਿਉਂਕਿ ਮੇਰਾ ਸਾਰਾ ਲੰਬਾ ਸਮਾਂ ਕਾਂਗਰਸ ਵਿੱਚ ਤੇ ਆ ਤਾਂ ਮੈਂ ਜੋ ਪਿਛਲੇ 35 36 ਵਰਿਆਂ 'ਚ ਦੇਖਿਆ ਸਾਡੇ ਲੀਡਰ ਸਹਿਬਾਨ ਹੋਏ ਮੈਂ ਨਾ ਲੈ ਕੇ ਗੱਲ ਕਰਾਂਗਾ ਬ੍ਰਹਮਹਿੰਦਰਾ ਜੀ ਸੁੰਦਰ ਸ਼ਾਮ अरोड़ा ਜੀ ਹੋਰ ਵਿਜੇਂਦਰ ਸਿੰਘਲਾ ਜੀ ਉਹਨਾਂ ਨੇ ਸਿਰਫ ਆਪਣੇ ਤੇ ਆਪਣੇ ਪਰਿਵਾਰ ਦੀ ਗੱਲ ਕੀਤੀ ਕਦੋਂ ਉਹਨਾਂ ਨੇ ਭਾਈਚਾਰੇ ਦੀ ਗੱਲ ਕੀਤੀ ਸੋ ਭਾਈਚਾਰਾ ਇਸ ਕਰਕੇ ਮਜ਼ਬੂਤ ਨਹੀਂ ਹੋਇਆ ਕਿਉਂਕਿ ਸਾਡੇ ਜੋ ਲੀਡਰ ਸਹਿਬਾਨ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਉਹ ਬਹੁਤ ਹੀ ਖੁਦ ਤਕਸੀਮਤ ਸੀ ਸੈਲਫ ਸੈਂਟਰਡ ਲੋਕ ਸੀ ਇਸ ਕਰਕੇ ਮੈਂ ਸਮਝਦਾ ਕਿ ਹੁਣ ਸਾਰਿਆਂ ਦੇ ਮਨਾਂ 'ਚ ਇਹ ਗੱਲ ਆਈਏ ਸੈਕੂਲਰਿਜ਼ਮ ਦਾ ਸਹੀ ਮਕਸਦ ਜੋ ਮਤਲਬ ਹੈ ਉਹ ਤਾਂ ਹੈ ਕਿ ਕੋਈ ਪਾਈਚਾਰਾ ਵੀ ਅੱਗੇ ਆ ਸਕਦਾ ਆਪਣੀ ਯੋਗਤਾ ਦੇ ਆਧਾਰ 'ਤੇ ਤੋ ਇਸ ਕਰਕੇ ਮੈਂ ਬੜੀ ਪ੍ਰਮੁਖਤਾ ਦੇ ਨਾਲ ਆਉਣ ਵਾਲੇ ਸਮੇਂ 'ਚ ਇਸ ਮਹਿੰਮ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗਾ ਆਪਣੇ ਦੋਸਤਾਂ ਦੀ ਸਪੋਰਟ ਦੇ ਨਾਲ ਅੱਛਾ ਸੁਖਬੀਰ ਸਿੰਘ ਬਾਦਲ ਨਾਲ ਤੋਸੀਦ ਜਦੋਂ ਗੱਲਬਾਤ ਕੀਤੀ ਤੁਹਾਡੀ ਮੁਲਾਕਾਤ ਸ਼ੁਰੂ ਹੋਈ ਇੱਕ ਸਾਲ ਦੇ ਵਿੱਚ ਤੇ ਤਦ ਉਹਨਾਂ ਦੇ ਵਿਚਾਰ ਕੀ ਸੀਗੇ ਜਿਹੜੇ ਹੁਣ ਇੱਕਦਮ ਉਹਨਾਂ ਦੇ ਵਿਚਾਰਾ ਦੇ ਵਿੱਚ ਤੁਹਾਨੂੰ ਫਰਕ ਲੱਗ ਰਿਹਾ ਹੈ ਜਿਹੜਾ ਹੁਣ ਉਹ ਕਹਰੇ ਕਿ ਸੰਪਰਦਾਇਕ ਹੈਗਾ Hindu dharm ਨੂੰ ਸੰਪਰਦਾਇਕ ਬਾਰ ਬਾਰ ਆਖ ਰਹੇ ਨੇ ਪਹਿਲਾ ਕੀ ਵਿਚਾਰ ਸੀਗੇ ਉਹਨਾਂ ਦੇ ਪਹਿਲਾਂ ਤੁਹਾਨੂੰ ਲੱਗਿਆ ਸੀਗਾ ਕਿ ਕਦੀ ਇਸ ਥੀਕੇ ਦੀ ਗੱਲਬਾਤ ਹੋਈ ਸੀਗੀ ਜਾਂ ਤੁਸੀਂ ਪਹਿਲਾਂ ਵੀ ਉਹਨੂੰ ਸੁਣ ਉਹਨਾਂ ਨੂੰ ਸੁਣਦੇ ਆਏ ਹੋ ਨੇ ਪਹਿਲਾਂ ਕਦੀ ਇਸ ਚੀਜ਼ ਦੇ ਵਿਚਾਰ ਵਿਚਾਰਾ ਦੇ ਵਿੱਚ ਮਤਭੇਦ ਹੋਇਆ ਸੀਗਾ ਨਹੀਂ ਦੇਖੋ ਮੈਂ ਅਗਰ ਜਾਤੀ ਤੌਰ ਤੇ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕਰਾਂ ਹੀ ਇਜ਼ ਅ ਵੈਰੀ ਗੁੱਡ ਹਿਊਮਨ ਬੀਿੰਗ ਔਰ ਜਿੰਨੀ ਵਾਰੀ ਵੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਨੇ ਸਹੀ ਮਾਇਨੇ ਚ ਸਭ ਧਰਮਾਂ ਸਭ ਮਜਮਾ ਦਾ ਸਤਿਕਾਰ ਦੀ ਗੱਲ ਕੀਤੀ ਲੇਕਿਨ ਮੈਨੂੰ ਨਹੀਂ ਪਤਾ ਕਿ ਜਿਹੜੀ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੇ ਵਿਚਾਰ ਅਲੱਗ ਕਿਉਂ ਨੇ ਤੋਂ ਮੈਂ ਸਮਝਦਾ ਕਿ ਇਹ ਸਵਾਲ ਮਤਲਬ ਐਕਚੁਅਲੀ ਕੀ ਹੈ ਕਿ ਇੱਕ ਬੰਦੇ ਨਾਲ ਤਾਂ ਪਾਰਟੀ ਚੱਲਦੀ ਨਹੀਂ ਪਾਰਟੀ ਦਾ ਜ ਉਹਨਾਂ ਦੀ ਕੋਰ ਕਮੇਟੀ ਹੈ ਮੇਰਾ ਅੱਜ ਕੁਐਸਚਨ ਮਾਰ ਕੇ ਕਿ ਕੋਰ ਕਮੇਟੀ ਦੇ ਵਿੱਚ ਕੋਈ ਵੀ ਹਿੰਦੂ ਨਹੀਂ ਹੈਗਾ ਵਟ ਇਜ਼ ਇਟ ਤੋ ਠੀਕ ਐ ਐਨ ਕੇ ਸ਼ਰਮਨ ਨੂੰ ਛੱਡ ਕੇ ਚਲੋ ਹੋਣਗੇ ਸ਼ਾਇਦ ਹੋਣਗੇ ਮੇਰੀ ਜਾਣਕਾਰੀ ਪੂਰੀ ਨਾ ਹੋਏ ਸੋ ਇਹ ਗੱਲ ਹੈ ਕਿ ਜਿਸ ਤਰੀਕੇ ਦੀ ਪੋਜੀਸ਼ਨਿੰਗ ਹੁਣ ਕੀਤੀ ਜਾ ਰਹੀ ਹੈ ਹਾਰਡ ਲਾਈਨਰਸ ਨੂੰ ਖੁਸ਼ ਕਰਨ ਲਈ ਆਪਣੇ ਆਪ ਨੂੰ ਹਿੰਦੂ ਵਿਰੋਧੀ ਬਿਆਨ ਦੇ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਨੂੰ ਇਹ ਚੀਜ਼ ਪਸੰਦ ਨਹੀਂ ਆਈ ਔਰ ਮੇਰੇ ਵਿਚਾਰ ਉਹਨਾਂ ਨਾਲ ਮੇਲ ਨਹੀਂ ਖਾਤੇ ਇਸ ਕਰਕੇ ਠੀਕ ਹੈ ਮੈਂ ਮੰਨਦਾ ਮੇਰੇ ਕੋਲ ਸ਼ਾਇਦ ਗਲਤੀ ਹੋਈ ਹੈ ਔਰ ਮੈਂ ਜਲਦੀ ਉਹਦੀ ਜਿਹੜੀ ਆਪਣੀ ਗਲਤੀ ਸੁਧਾਰ ਕਰ ਲਿਆ ਠੀਕ ਹੈ ਮੰਨਦੇ ਹੋ ਕਿ ਗਲਤੀ ਸੀ ਕੀ ਜਿਹੜਾ 18 ਨਵੰਬਰ ਨੂੰ ਤੁਸੀਂ ਅਕਾਲੀ ਦਲ ਦੇ ਵਿੱਚ ਆਏ ਸੀਗੇ ਕਿ ਉਹ ਇੱਕ ਗਲਤੀ ਸੀਗੀ ਤੇ ਆਜ ਉਹਦਾ ਤੁਸੀਂ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤਾ ਨਹੀਂ ਮੈਂ ਇਹ ਮੰਨਦਾ ਕਿ ਸੁਖਵੀਰ ਜੀ ਦੀ ਤੂ ਮੇਰੇ ਨਾਲ ਲਗਾਤਾਰ 1 ਸਾਲ ਤੋਂ ਗੱਲ ਹੋ ਰਹੀ ਸੀ ਮੈਂ ਉਹਨਾਂ ਤੇ ਉਹ ਅੱਛੇ ਇਨਸਾਨ ਉਹਨਾਂ ਤੇ ਭਰੋਸਾ ਕੀਤਾ ਲੇਕਿਨ ਉਹਨਾਂ ਦੀ ਲੀਡਰਸ਼ਿਪ ਨੂੰ ਦੇਖ ਕੇ ਤੇ ਉਹਨਾਂ ਦੇ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਵਾਕਈ ਮੇਰੇ ਕੋਲ ਗਲਤੀ ਹੋਈ ਅੱਛਾ ਅਨੀਤ ਜੀ ਕਿਸ ਤੋਂ ਹਟ ਕੇ ਸਵਾਲ ਹੈ ਸਿੱਧੂ ਮੂਸੇਵਾਲਾ ਦੀ ਗੱਲ ਕਰ ਰਹੀ ਆ ਸੀ ਇੱਕ ਉਹਨੂੰ ਵੀ ਇੱਕ ਜੈਸਿਕਾ ਨਾਲ ਗਾਣੇ ਉਹ ਗਾਉਂਦਾ ਰਿਹਾ ਹੈ ਜੈਸਿਕਾ ਦੀ ਉਹਦੀ ਆਈਡੀਓਲੋਜੀ ਹੈਗੀ ਹੈ ਕਾਂਗਰਸ ਇੱਕ ਪਾਸੇ ਕਹਿੰਦੀ ਹੈ ਕਿ ਅਸੀਂ ਸਭ ਧਰਮਾਂ ਨੂੰ ਮੰਨਦੇ ਆ ਹਮੇਸ਼ਾ ਸਿੱਧੂ ਮੂਸੇਵਾਲਾ ਨੇ ਜਿਹੜੀ ਹੈਗੀ ਹੈ ਉਹ ਉਪ ਉ ਵਿਵਾਦਿਤ ਜਿਹੜੇ ਗਾਣੇ ਵੀ ਗਾਏ ਹੈ ਵਿਵਾਦਿਤ ਗੱਲਾਂ ਵੀ ਕੀਤੀਆਂ ਹੈ ਗੈਂਗਸਟਰਸ वगैरह ਦਾ ਸਾਥ ਦਿੱਤਾ ਉਹਨੂੰ ਟਿਕਟ ਦੇਣੀ ਹੈ ਉਹਨੂੰ ਕਾਂਗਰਸ ਦੇ ਵਿੱਚ ਲੈ ਕੇ ਆਣਾ ਇੱਕ ਕਿੰਨਾ ਵੱਡਾ ਤੁਸੀਂ ਕਦਮ ਮੰਨਦੇ ਹੋ ਕਿ ਕਾਂਗਰਸ ਦੀ ਇਸ ਦਿਨ ਨਾਲ ਜਿਹੜੀ ਆਈਡਿਓਲੋਜੀ ਉਹ ਸਾਫ਼ ਹੋ ਗਈ ਤੁਹਾਨੂੰ ਮੰਨ ਤੁਸੀਂ ਮੰਨਦੇ ਦੇਖੋ ਮੈਂ ਤੁਹਾਡੇ ਕੋਲ ਆਪਣੀ ਗਲਤੀ ਵੀ ਮੰਨੀ ਹੈ ਲੇਕਿਨ ਨਾਲ ਦੀ ਨਾਲ ਅੱਜ ਮੈਂ ਫਿਰ ਕਹਿ ਰਿਹਾ ਕਿ ਕਾਂਗਰਸ ਪਾਰਟੀ ਨੂੰ ਛੱਡਣਾ ਇਹ ਬਹੁਤ ਸਹੀ ਕਦਮ ਸੀ ਔਰ ਸਾਰੇ ਲੋਕਾਂ ਨੇ ਮੇਰੇ ਇਸ ਕਦਮ ਦੀ ਸਰਾਨਾ ਕੀਤੀ ਹੈ ਦੇਖੋ ਜਿੱਥੇ ਦੇਖੋ ਸਿੱਧੂ ਮੂਸੇਵਾਲੇ ਵਾਲੀ ਦੀ ਗੱਲ ਹੈ ਯਾਰ ਮੈਂ ਹੈਰਾਨ ਹਮ ਰੀਅਲੀ ਅਮੇਜ਼ਡ ਕਿ ਪੰਜਾਬ ਦੀ ਸਿਆਸਤ ਜਾ ਕਿੱਧਰ ਰਹੀ ਹੈ ਉਹਨੂੰ ਮਾਨਸੇ ਤੋਂ ਟਿਕਟ ਦੇਣ ਦੀ ਗੱਲ ਕੀਤੀ ਔਰ ਮੈਨੂੰ ਪਤਾ ਲੱਗਿਆ ਕਿ ਮਾਨਸੇ ਦੇ ਬਹੁਤ ਹੀ ਜੋ ਕਮਿਟਿਡ ਜੋ ਸਾਲਾ ਤੋਂ ਕਾਂਗਰਸ ਨਾਲ ਤੁਰੇ ਆ ਰਹੇ ਵਰਕਰ ਸਹਿਬਾਨ ਉਹਨਾਂ ਨੇ ਇੱਕ ਬੜੀ ਵੱਡੀ ਮੀਟਿੰਗ ਵੀ ਕੀਤੀ ਕਿ ਇਹ ਸਿੱਧੂ ਮੂਸੇਵਾਲੇ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਮੈਂ ਹੈਰਾਨ ਹਾਂ ਕਿ ਇਹ ਪੰਜਾਬ ਦੀ ਇਹ ਸਿਆਸਤ ਕਿੱਧਰ ਜਾ ਰਹੀ ਹੈ ਕੀ ਇਹ ਲੋਕ ਪੰਜਾਬ ਨੂੰ ਚਲਾਣਗੇ ਇਹਨਾਂ ਦਾ ਪੰਜਾਬ ਪ੍ਰਤੀ ਕੀ ਵਿਜ਼ਨ ਹੈ ਕੀ ਸੋਚ ਹੈ ਕੀ ਡਵੈਲਪਮੈਂਟ ਦਾ ਅਜੰਡਾ ਹੈ ਇਸ ਕਰਕੇ ਮੇਰੀ ਤਾਂ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਮਾਰਫਤ ਤੇ ਬੇਨਤੀ ਹੈ ਕਿ ਇਸ ਤਰੀਕੇ ਦੇ ਜੋ ਗਲੈਮਰਸ ਲੋਕ ਹੈਗੇ ਠੀਕ ਹੈ ਐਜ਼ ਕਲਾਕਾਰ ਉਹ ਬਹੁਤ ਵਧੀਆ ਹੋ ਸਕਦਾ ਪਰ ਮੈਨੂੰ ਤਾਂ ਇਹ ਗੱਲ ਕੋਈ ਚੱਜੀ ਨਹੀਂ ਔਰ ਇਸ ਤਰ੍ਹਾਂ ਦੇ ਜੋ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਟ ਇਜ਼ ਵੈਰੀ ਬੈਡ ਠੀਕ ਹੈ ਔਰ ਸਾਰੀਆਂ ਪਾਰਟੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਕਿ ਪੰਜਾਬ ਦੇ ਲੋਕ ਪੰਜਾਬ ਥਰਸਟ ਤੇ ਮਾਈ ਡੀਅਰ ਪੰਜਾਬ ਅਜੇ ਤਰਸਤ ਹੈ ਪੰਜਾਬ ਦੇ ਵਿੱਚ ਅਸੀਂ ਲੋਕਾਂ ਨੇ ਸਾਡੀ ਉਮਰ ਵੱਡੀ ਹੈ ਅਸੀਂ ਲੋਕਾਂ ਨੇ ਅਤੰਕਵਾਦ ਦਾ ਸਮਾਂ ਦੇਖਿਆ ਪਿੱਛੇ ਨਸ਼ੇ ਦਾ ਉਹ ਦੌਰ ਦੇਖਿਆ ਅੱਜ ਵੀ ਨਸ਼ਾ ਚੱਲਦਾ ਹੈ ਠੀਕ ਹੈ ਉਹ ਨਸ਼ੇ ਦਾ ਦੌਰ ਉਹ ਕ腐ਸ਼ਨ ਦਾ ਦੌਰ ਪੰਜਾਬ ਅਜੇ ਦੂਜੀਆਂ ਸਟੇਟਾਂ ਨਾਲ ਮੇਲ ਕਰੋ ਨਾ ਪਿੱਛੇ ਜੇ ਮੈਂ ਬਦ ਪਰਦੇਸ਼ ਜਾ ਕੇ ਆਇਆ ਮੈਂ ਹੈਰਾਨ ਹੋਇਆ ਕਿ ਐਨੀ ਤਰੱਕੀ ਆਫਤਾ ਸਟੇਟ ਹੋ ਐਨੀ ਤਰੱਕੀ ਬਲਵਧ ਰਹੀ ਔਰ ਸਾਡੇ ਪੰਜਾਬ ਦੇ ਵਿੱਚ ਇਹ ਗੰਦੀ ਰਾਜਨੀਤੀ ਨੇ ਪੰਜਾਬ ਨੂੰ ਤਬਾਹ ਕਰਤਾ ਔਰ ਹਰ ਪਾਰਟੀ ਦੇ ਵਿੱਚ ਹੀ ਖਾਸ ਕਰ ਕਾਂਗਰਸ ਪਾਰਟੀ ਜਿਸ ਨੂੰ ਮੈਂ ਛੱਡਿਆ ਕਾਂਗਰਸ ਪਾਰਟੀ ਦੇ ਵਿੱਚ ਸੱਚੇ ਸੁੱਚੇ ਆਦਮੀ ਦੀ ਔਰ ਜਿਸ ਤਰੀਕੇ ਮੈਂ ਕਿਹਾ ਕਿ ਉਹਨਾਂ ਨੇ ਸਟੈਂਡ ਲਿਆ ਸੁਲਮਾਨ ਗੁਰਸ਼ੀਦ ਕਹਿ ਰਿਹਾ ਹੈ ਕਿ ਹਿੰਦੂਇਜ਼ਮ ਮੀਨਸ ਆਈਐਸਆਈ ਦੇ ਵਰਗਾ ਉਹਨਾਂ ਨੂੰ ਕਿਹਾ ਕਿ ਆਈਐਸਆਈ ਵਰਗੇ ਅਤੰਕਵਾਦੀਨ ਤਾਂ ਵਾਟ ਇਜ਼ ਦਿਸ ਨੌਨਸੈਂਸ ਹੈ ਕੀ ਕਹਿ ਰਹੇ ਹਨ ਉਹਨਾਂ ਨੂੰ ਹਿੰਦੂਜਮ ਦਾ ਮਤਲਬ ਹੀ ਨਹੀਂ ਪਤਾ ਹਿੰਦੂਜਮ ਕੋਈ ਧਰਮ ਨਹੀਂ ਇਹ ਵੇ ਆਫ ਲਾਈਫ ਹੈ ਵਾਰ ਵਾਰ ਕਹਿ ਆ ਜਾ ਚੁਕਿਆ ਹੈ ਤਾਂ ਮੈਨੂੰ ਵੀ ਬੜੀ ਫਕਰ ਲੱਗਿਆ ਨਾ ਕਿ ਮੈਂ ਇਸ ਜ਼ਿੰਦਗੀ ਦੇ ਆਪਣੇ ਤਰੀਕਾ ਜੋ ਹਿੰਦੂਜਮ ਦਾ ਮੈਂ ਉਸ ਜੀ ਨਾ ਜਿੱਥੇ ਮੈਂ ਜੈ ਸ਼੍ਰੀ ਰਾਮ ਕਹਿੰਨਾ ਉੱਥੇ ਮੈਂ ਸਵੇਰੇ ਰੋਜ਼ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸੋ ਇਹ ਸਾਡੇ ਪੰਜਾਬ ਦਾ ਕਲਚਰ ਹੈ ਇਸ ਕਲਚਰ ਨੂੰ ਕਿਉਂ ਨਹੀਂ ਅੱਗੇ ਲਿਆਂਦਾ ਜਾ ਰਿਹਾ ਕਿਉਂ ਇਸ ਕਲਚਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੁਸੀਂ ਮੰਨਦੇ ਹੋ ਜਿੰਨੇ ਵੀ ਡੇਢ ਦਲ ਹੈਗੇ ਆ ਉਹ ਕਿਉਂ ਇਸ ਨੂੰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੈ ਰਾਜਨੀਤੀ ਦੇ ਨਾਲ ਧਰਮ ਨੂੰ ਜੋੜ ਕੇ ਰਾਜਨੀਤੀ ਨੂੰ ਉੱਪਰ ਕੀਤਾ ਜਾ ਰਿਹਾ ਧਰਮ ਨੂੰ ਨੀਤੇ ਰੱਖਿਆ ਜਾ ਰਿਹਾ ਦੇਖੋ ਇਹ ਗੱਲ ਬੜੀ ਸਾਫ਼ ਹੈ ਸਭ ਤੋਂ ਪਹਿਲੇ ਜ਼ਰੂਰੀ ਇਹ ਵੋਟ ਪਾਉਣ ਵਾਲਾ ਆਦਮੀ ਜਾਗਰੂਕ ਹੋਏ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਵੋਟ ਕਿਸ ਲਈ ਪਾ ਰਿਹਾ ਪਰ ਮੈਨੂੰ ਅਫਸੋਸ ਹੈ ਕਿ ਇਹਨਾਂ ਜੋ ਪਾਰਟੀਆਂ ਹਨ ਚਾਹੇ ਕਿਸੇ ਦਾ ਵੀ ਰਾਜ ਰਿਆ ਇਹਨਾਂ ਨੇ ਵੋਟਰ ਨੂੰ ਜਾਗਰਤ ਨਹੀਂ ਹੋਣ ਦਿੱਤਾ ਐਜੂਕੇਟ ਨਹੀਂ ਕੀਤਾ ਔਰ ਇਹਨਾਂ ਨੂੰ ਨਸ਼ੇ ਵਿੱਚ ਔਰ ਇਸ ਤਰੀਕੇ ਅੱਛੇ ਬੰਦੇ ਅੱਗੇ ਨਹੀਂ ਆਣ ਦਿੱਤੇ ਅੱਜ ਦੇਖੋ ਨਾ ਕਾਂਗਰਸ ਪਾਰਟੀ 'ਚ ਵੀ ਇਥੇ ਦੇਖਣਗੇ ਕਾਲੀਦਾਲ 'ਚ ਵੀ ਕਈ ਐਸੀ ਅੱਛੇ ਬੰਦੇ ਹੋਣਗੇ ਲੇਕਿਨ ਜਿਹੜੇ ਐਮ ਐਲ ਏ ਐਮ ਪੀ ਨਹੀਂ ਬਣ ਪਾਏ ਸੋ ਇਹ ਕਿ ਅੱਜ ਆਮ ਰੀਅਲੀ ਥੈਂਕਫੁਲ ਟੂ ਮੀਡੀਆ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਕਿ ਆ ਜਿਹਨਾਂ ਲੋਕਾਂ ਨੇ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਉਹ ਲੋਕਾਂ ਨੂੰ ਜਾਗਰੂਕ ਕੀਤਾ ਔਰ ਪਿੱਛੇ ਜੇ ਕਿਸਾਨ ਅੰਦੋਲਨ ਮੈਂ ਅger ਸਮਝਦਾ ਕਿ ਇਹਨਾਂ ਕਾਮਯਾਬੀ ਪਲ ਫਦਿਆ ਤੇ ਇਹਦੇ ਵਿੱਚ ਜਿੱਥੇ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਰੋਲ ਏ ਉਤੋਂ ਸਭ ਤੋਂ ਵੱਡਾ ਰੋਲ ਏ ਮੀਡੀਆ ਦਾ ਜਿਸ ਨੇ ਪ੍ਰਮੁਖਤਾ ਦੇ ਨਾਲ ਕਿਸਾਨ ਅੰਦੋਲਨ ਨੂੰ ਦਿਖਾਇਆ ਤੂੰ ਇਸ ਕਰਕੇ ਮੈਂ ਉਮੀਦ ਕਰਦਾ ਮੀਡੀਆ ਤੋਂ ਕਿ ਇਹ ਐਸਾ ਰੋਲ ਨਿਭਾਣ ਕੇ ਕੁ ਇਸ ਵਾਰੀ ਪੰਜਾਬ ਦੇ ਵਿੱਚ ਇੱਕ ਅੱਛਾ ਇੱਕ ਅੱਛਾ ਰਾਜ ਲਿਆਂਦੇ ਵਿੱਚ ਲੋਕਾਂ ਦੀ ਇਹ ਮਦਦ ਕਰਨਗੇ अच्छा नी जी मेरा आखरी सवाल ਤੁਹਾਡੇ ਤੋਂ ਮੈਂ ਹੁਮਕਮਾ ਕਿ ਤੁਹਾਡੇ ਫਿਰ ਰੈਜ਼ੀਗਨੇਸ਼ਨ ਤੇ ਆ ਰਿਆਂ ਤੁਹਾਡੇ ਰੈਜ਼ੀਗਨੇਸ਼ਨ ਦੇ ਨਾਲ ਅਕਾਲੀ ਦਲ ਦੇ ਵਿੱਚ ਜਿਹੜਾ ਹਿੰਦੂ ਇੱਕ ਵੋਟ ਬੈਂਕ ਵੱਲ ਤਬਦੀਲ ਹੋ ਰਿਹਾ ਸੀਗਾ ਜਾ ਰਿਹਾ ਸੀਗਾ ਤੁਸੀਂ ਮੰਨਦੇ ਹੋ ਕਿ ਉਹਨਾਂ ਦੀ ਵੀ ਆਇਡਿਓਲੋਜੀ ਦੇ ਉੱਤੇ ਫਰਕ ਪਏਗਾ ਉਸ ਵੋਟ ਬੈਂਕ ਦੇ ਉੱਤੇ ਵੀ ਅਸਰ ਪਏਗਾ ਕਿਉਂਕਿ ਅਕਾਲੀ ਦਲ ਜਿਹੜੀ ਸੱਤਾ ਆਪ ਦੇ ਵਿੱਚ ਆਨਦੇ ਜਿਹੜੇ ਸੁਪਨੇ ਦੇਖ ਰਹੀ ਹੈ ਉਹ ਸੁਪਨੇ ਸਕਾਰ ਹੋ ਪਾਣਗੇ ਇਸ ਤਿੱਕੇ ਨਾਲ ਜਿਹੜੇ ਅਗਰ ਧਰਮ ਨੂੰ ਪਿੱਛੇ ਛੱਡਿਆ ਹਿੰਦੂਆਂ ਨੂੰ ਖਾਸ ਕਰਕੇ ਅਗਰ ਹਿੰਦੂਆਂ ਨੂੰ ਉੱਤੇ ਉੱਪਰ ਜ਼ਿਆਦਾ ਫੋਕਸ ਨਹੀਂ ਕੀਤਾ ਉਹਨਾਂ ਨੂੰ ਇਸੇ ਤਰੀਕੇ ਨਾਲ ਸੰ ਦਾ ਰਾਇਤਾ ਦੇ ਨਾਲ ਜੋੜਿਆ ਗਿਆ ਤੇ ਉਹਦਾ ਫਰਕ ਉਹਨਾਂ ਨੂੰ ਪਏਗਾ ਕਿ ਨੁਕਸਾਨ ਚੱਲਣਾ ਪਏਗਾ ਦੇਖੋ ਕੋਈ ਵੀ ਇਨਸਾਨ ਅਗਰ ਗਲਤ ਰਸਤੇ ਤੇ ਚਲੇਗਾ ਤਾਂ ਉਹਦਾ ਫਰਕ ਤੁਹਾਨੂੰ ਪਏਗਾ ਜਿੱਦ ਤੱਕ ਸਵਾਲ ਮੇਰਾ ਮੈਂ ਇੱਕ ਬਹੁਤ ਸਧਾਰਨ ਆਦਮੀ ਆ ਮੇਰੇ ਲਈ ਮੇਰੀ ਆਈਡੀਓਲੋਜੀ ਮੇਰੀ ਸੋਚ ਔਰ ਲੋਕ ਭਲਾਈ ਔਰ ਪੰਜਾਬ ਦੀ ਬਿਹਤਰੀ ਸਭ ਤੋਂ ਵੱਡਾ ਮੁੱਦਾ ਹੈ ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਜਾਵਾਂਗਾ ਮੈਂ ਮਨ ਬਣਾ ਲਿਆ कि ਇਹਨਾਂ ਨੂੰ ਜਾਗਰਿਤ ਕਰਾਂਗਾ ਔਰ ਆਪਣੇ ਵਲ ਦੇਖੋ ਕਰਨਾ ਪਰਮੇਸ਼ਵਰ ਨੇ ਸਭ ਕੁਝ ਯਾ ਲੋਕਾਂ ਨੇ ਜੋ ਪਰਮੇਸ਼ਵਰ ਰੋਕੀ ਲੋਗ ਨਾ ਇਸ ਕਰਕੇ ਮੇਰੀ ਕੋਸ਼ਿਸ਼ ਹੋਏਗੀ ਕਿਉਂਕਿ ਮੇਰੀ ਇਹ ਮੈਂ ਸਮਝਦਾ ਜ਼ਿੰਦਗੀ ਚ ਸਿਆਸਤ ਦੀ ਆਖਰੀ ਪਾਰੀ ਹੈ ਮੈਂ ਕਿਸੇ ਪਦ ਲਈ ਨਹੀਂ ਕਰ ਰਿਹਾ ਮੈਂ ਤਾਂ ਪਦ ਛੱਡ ਕੇ ਆਇਆ ਮੈਂ ਇੰਡਸਟਰੀ ਦਾ ਚੇਅਰਮੈਨਸ਼ਿਪ ਛੱਡ ਕੇ ਆਇਆ ਮੈਂ ਕੰਡੀ ਬੋਰਡ ਦੀ ਮੈਂਬਰਸ਼ਿਪ ਛੱਡ ਕੇ ਆਇਆ ਮੈਂ ਸਦਾ ਪਦ ਛੱਡ ਗਿਆ ਅੱਜ ਵੀ ਮੈਂ ਪਦ ਨੂੰ ਛੱਡ ਰਿਹਾ ਹਾਂ ਪੋਲਿਟੀਕਲ ਡਵਾਈਜ਼ਰ ਟੂ ਸੁਖਵੀਰ ਸਿੰਘ ਬਾਦਲ ਇੱਕੀ ਪੋਲੀਟੀਕਲ ਡਵਾਈਜ਼ਰ ਇਹਨਾਂ ਦਾ ਮੈਂ ਛੱਡ ਰਿਹਾ ਸ਼ਾਇਦ ਮੈਨੂੰ ਉਹਨਾਂ ਨੇ ਕੋਈ ਹੋਰ ਵੀ ਵਾਦਾ ਕੀਤਾ ਹੋਵੇ ਮੈਂ ਛੱਡ ਰਿਹਾ ਕਿਉਂਕਿ ਮੇਰੇ ਲਈ ਮੇਰੀ ਸੋਚ ਮੇਰੇ ਲਈ ਲੋਕਾਂ ਦੀ ਬਿਹਤਰੀ ਜ਼ਿਆਦਾ ਮਹੱਤਵ ਰੱਖਦੀ ਹੈ ਇਸ ਕਰਕੇ ਮੈਂ ਲੋਕਾਂ ਵਿੱਚ ਜਾਵਾਂਗਾ ਉਹਦਾ ਰਿਜ਼ਲਟ ਕੀ ਹੁੰਦਾ ਮੈਂ ਇਹਦੇ ਬਾਰੇ ਭਵਿੱਖਬਣੀ ਨਹੀਂ ਕਰ ਸਕਦਾ ਇਹ ਤਾਂ ਲੋਕ ਦੱਸਣਗੇ ਤੇ ਜਾਂ ਪ੍ਰਮਾਤਮਾ ਦਾ ਫੈਸਲਾ ਹੁਣ ਅਗਲਾ ਅਗਲਾ ਕਦਮ ਕੀ ਹੈ ਪੋਲੀਟੀਕਲ ਕੈਰੀਅਰ ਹੁਣ ਫਿਊਚਰ ਕੀ ਹੈ ਤੁਹਾਡਾ ਦੇਖੋ ਮੇਰੀ ਪੋਲੀਟਿਕਸ ਤਾਂ ਸਿਰਫ ਲੋਕਾਂ ਦੀ ਸੇਵਾ ਤੱਕ ਸਮਰਪਿਤ ਹੈ ਮੈਂ ਆਪਣੇ ਦੋਸਤਾਂ ਨਾਲ ਰਾਏ ਕਰ ਰਿਹਾ ਕਰਾਂਗਾ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਾਨੂੰ ਹੋਰ ਜ਼ਿਆਦਾ ਚੰਤਨ ਮੰਥਨ ਕਰਕੇ ਅਸੀਂ ਦੇਖਾਂਗੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਪੋਲੀਟੀਕਲੀ ਕਿਸੇ ਦੀ ਮਦਦ ਕਰਨੀ ਹੈ ਜਾਂ ਕਿਸੇ ਸੋਸ਼ਲ ਪਲੇਟਫਾਰਮ ਤੋਂ ਅਸੀਂ ਅੱਛੇ ਲੋਕਾਂ ਦੀ ਮਦਦ ਕਰਨੀ ਹੈ ਤਾਂ ਮੇਰਾ ਇੱਕ ਪਰਸਨਲ opinion ਹੈ ਕਿ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਅੱਛੇ ਇਨਸਾਨ ਦੀ ਜੋ ਲੋਕਾਂ ਦੀ ਬਿਹਤਰੀ ਦਾ ਲੋਕਾਂ ਦੀ ਡਿਵੈਲਪਮੈਂਟ ਦਾ ਲੋਕਾਂ ਦੀ ਐਜੂਕੇਸ਼ਨ ਦਾ ਔਰ ਹੈਲਥ ਬਾਰੇ ਜੋ ਸੋਚੇਗਾ ਉਹਦੇ ਚ ਜਾ ਕੇ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਸਾਡਾ ਇੱਕ ਪਿੱਛੇ ਜਿਹਾ ਮਨ ਬਣਿਆ ਹੈ ਮੇਰੇ ਦੋਸਤਾਂ ਦੇ ਨਾਲ ਕਿ ਅਸੀਂ ਪੰਜਾਬੀ Hindu ਵੈਲਫੇਅਰ ਫਰੰਟ ਪੰਜਾਬੀ Hindu ਵੈਲਫੇਅਰ ਫਰੰਟ ਉਹ ਵੀ ਅਸੀਂ ਸਾਡੇ ਮਨ ਚ ਉਹ ਬਣਾ ਕੇ ਅਸੀਂ ਅੱਗੇ ਵਧਾਂਗੇ ਪੋਲਿਟੀਕਲ ਪਾਰਟੀਆਂ ਨਾਲ ਵੀ ਗੱਲ ਕਰਾਂਗੇ ਲੇਕਿਨ ਇੱਕ ਗੱਲ ਬੜੀ ਮੈਂ ਠੋਕ ਕੇ ਕਹਿ ਦਿਆਂ ਬੜੀ ਵਾਜ਼ਿਹਾ ਕਰ ਦਿਆਂ ਕਿ ਨਾ ਮੈਂ ਆਪਣੇ ਜੋ ਜੋ ਮੇਰਾ ਇੱਕ Uh, सोच है मैं कंप्रोमाइज नहीं करांगा आई विल नॉट कंप्रोमाइज ऑल आई मेक कंप्रोमाइज़ विद माई प्रिंसिपल इन दैटकामना ਸੋ ਬਿਲਕੁਲ ਇਹ ਸੀਗੇ ਅਨੀਤ ਸਿਡਾਣਾ ਜਿਨ੍ਹਾਂ ਨੇ ਕਿਹਾ ਹੈ ਕਿ ਮੈਂ ਰਾਜਨੀਤੀ ਛੱਡ ਸਕਦਾ ਲੇਕਿਨ ਆਪਣੇ ਜਿਹੜੀ ਹੈ ਨੈਤਿਕ ਸਿਧਾਂਤ ਹੈ ਉਹਨਾਂ ਨੂੰ ਨਹੀਂ ਛੱਡ ਸਕਦਾ ਤੇ ਇਸੇ ਲਈ ਅੱਜ ਇਹਨਾਂ ਨੇ ਜਿਹੜਾ ਮਹਿਜ਼ 20 ਦਿਨਾਂ ਦੇ ਵਿੱਚ ਇੰਨੀ ਵੱਡੀ ਪੋਸਟ ਨੂੰ ਠੋਕਰ ਮਾਰੀ ਹੈ ਤੇ ਅੱਜ ਜਿਹੜਾ ਪੋਲੀਟੀਕਲ ਐਡਵਾਈਜ਼ਰ ਤੋਂ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਸਟ ਸੀਗੀ ਉਸ ਪਰ ਤੋਂ ਵੀ ਜਿਹੜਾ ਇਸਤਿਫਾ ਦਿੱਤਾ ਤੇ ਆਕਾਲੀ ਦਲ ਛੱਡਣ ਨੂੰ ਵੀ ਜਿਹੜਾ ਮਨ ਬਣਾਇਆ ਚੰਡੀਗੜ੍ਹ ਤੋਂ ਕਮੇਮਨ 우ਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ ਦੈਨਿਕ ਸਵੇਰਾ ਟੀਵੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਹੈ ਤੁਰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਹੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ सलीम ਖਾਨ 9819937407